ਹਾਂਜੀ ਜੀ ਆਇਆਂ ਨੂੰ ਜੀ, ਡਾਇਰੈਕਟਰ ਸਿੱਖਿਆ ਭਰਤੀ ਵੱਲੋਂ ਇੱਕ ਨਵਾਂ ਨੋਟਿਸ ਆਇਆ ਜਿਹਦੇ ਵਿੱਚ ਅਸਾਮੀਆਂ ਦੇ ਬਾਰੇ ਦੱਸਿਆ ਗਿਆ ਗਾ ਜੀ। ਜ਼ਰੂਰ ਇਹਦੇ ਵਿੱਚ ਜਿਹੜੇ ਕਿ ਸਾਡੇ ਮੈਰੀਟੋਰੀਅਸ ਸੋਸਾਇਟੀ ਅਧੀਨ ਸਕੂਲ ਆਉਂਦੇ ਨੇ, ਮੈਰੀਟੋਰੀਅਸ ਸਕੂਲ ਦੇ ਵਿੱਚ ਲੈਕਚਰਾਰਾਂ ਦੀ ਆ, ਜਿਹਦੇ ਵਿੱਚ ਬਾਇਓਲੋਜੀ 1, ਕੈਮਿਸਟਰੀ 5, ਅੰਗਰੇਜ਼ੀ 3, ਮੈਥ 3, ਫਿਜ਼ਿਕਸ 5, ਪੰਜਾਬੀ 1, ਕੁੱਲ 18 ਅਸਾਮੀਆਂ ਨੇ। ਅਤੇ DPE ਮਰਦ ਅਤੇ ਔਰਤਾਂ 13 ਅਸਾਮੀਆਂ ਇਹਨਾਂ ਲਈ ਨੇ, ਨੂੰ ਠੇਕੇ ਦੇ ਆਧਾਰ 'ਤੇ ਭਰਨ ਲਈ ਉਹਨਾਂ ਮਗਰੋਂ ਜਿਹੜੀ ਵੈਬਸਾਈਟ ਆ ਉਮੀਦਵਾਰਾਂ ਪਾਸੋਂ ਔਨਲਾਈਨ ਦਰਖਾਸਤਾਂ ਦੀ ਮੰਗ ਕੀਤੀ ਹੈ, ਜਿਹੜੀ ਕਿ 9-10 ਤੋਂ ਲੈ ਕੇ 22-10 ਤੱਕ ਤਰੀਕ ਦਿੱਤੀ ਉਹਨਾਂ ਨੇ। ਅਤੇ ਅਸਾਮੀਆਂ ਸੰਬੰਧੀ ਸ਼ਰਤਾਂ ਨੇ ਜਿਹੜੀਆਂ ਅਤੇ ਹੋਰ ਟਰਮ ਐਂਡ ਕੰਡੀਸ਼ਨ ਜਿੰਨੀਆਂ ਵੀ ਨੇ ਉਹ ਸਾਰੀ ਦੀ ਸਾਰੀਆਂ ਵੈਬਸਾਈਟ ਦੇ ਉੱਪਰ ਮਿਲ ਜਾਣਗੀਆਂ ਜੀ, ਤੁਸੀਂ ਦੇਖ ਸਕਦੇ ਹੋ। ਚਲੋ ਖੈਰ, ਜੋ ਵੀ ਮੰਗ ਆ ਪੰਜਾਬੀ ਦੀ ਇੱਕੋ ਹੀ ਆ ਇੱਥੇ, ਜਿਹੜੇ ਪੰਜਾਬੀ ਨਾਲ ਜੁੜੇ ਹੋਏ ਆ। DPE ਨੇ ਜਿਹੜੇ ਉਹ 13 ਨੇ, ਉਹਨਾਂ ਲਈ ਵਧੀਆ ਮੌਕਾ ਗਾ। ਬਾਕੀ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਕੈਮਿਸਟਰੀ ਲਈ 5 ਨੇ, ਅਤੇ ਹੋਰ ਵੀ ਕੋਈ ਅਪਡੇਟ ਹੋਇਆ ਆਪਾਂ ਨਾਲ ਦੀ ਨਾਲ ਦੱਸਦੇ ਰਹਾਂਗੇ। ਅਤੇ ਬਸ ਇਹ ਅਪਡੇਟ ਅੱਜ ਤੁਹਾਡੇ ਨਾਲ ਸਾਂਝਾ ਕਰਨਾ ਸੀਗਾ, ਹੋਰ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦ ਮਿਲਾਂਗੇ।